ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਇਸ ਵੀਡੀਓ ਦੇ ਵਿੱਚ ਅੱਜ ਅਸੀਂ ਸ਼ਬਦ ਕੱਢਣਾ ਸਿੱਖਾਂਗੇ ਜੀ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਰੀਤ ਗਾਈ ਹੋਈ ਹੈ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸਾਹਿਬ ਭਾਈ ਸਤਿੰਦਰ ਬੀਰ ਸਿੰਘ ਜੀ ਦੀ, ਅਤੇ ਇਹ ਸ਼ਬਦ ਅਸੀਂ ਕੱਢਣਾ ਹਾਰਮੋਨੀਅਮ 'ਤੇ ਸਿੱਖਣਾ ਹੈ ਜੀ। ਦੂਸਰੇ ਕਾਲੇ ਮੇਲ ਵੋਕਲ ਦੇ ਸਕੇਲ ਤੋਂ ਆਓ ਇਹ ਸ਼ਬਦ ਕੱਢਣਾ ਸਿੱਖਦੇ ਹਾਂ ਜੀ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਇਹ ਸ਼ਬਦ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਲੈਅ ਨੂੰ ਵਧਾ ਕੇ ਗਾਇਆ ਜਾਏਗਾ, ਇਸ ਲਈ ਇਸ ਦੀ ਤੁਸੀਂ ਸ਼ਬਦਾਂ ਦੀ ਵੰਡ, ਜਿਹੜੀ ਲਫਜ਼ਾਂ ਦੀ ਵੰਡ ਹੈ ਤੁਕਾਂ ਦੀ, ਇਹ ਬੜੇ ਧਿਆਨ ਨਾਲ ਦੇਖਣੀ ਹੈ ਜੀ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਮਲ ਜਨਮ ਜਨਮ ਦੀ ਕੱਟੀ ਐ, ਮਲ ਜਨਮ ਜਨਮ ਦੀ ਕੱਟੀ ਐ, ਮਲ ਜਨਮ ਜਨਮ ਦੀ ਕੱਟੀ ਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਉੱਪਰੋਂ ਤੁਸੀਂ ਇਹਨੂੰ ਇੱਦਾਂ ਸੌਖਾ ਵੀ ਕਰ ਸਕਦੇ ਹੋ, ਮਲ ਜਨਮ ਜਨਮ ਦੀ ਕੱਟੀ ਐ, ਮਲ ਜਨਮ ਜਨਮ ਦੀ ਕੱਟੀ ਐ, ਮਲ ਜਨਮ ਜਨਮ ਦੀ ਕੱਟੀ ਐ। ਜਾਂ ਫਿਰ ਮਲ ਜਨਮ, ਮਲ ਜਨਮ ਜਨਮ ਦੀ ਕੱਟੀ ਐ। ਤੁਧ ਡਿੱਠੇ ਸੱਚ ਜੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਇਹ ਜ਼ਰੂਰੀ ਨਹੀਂ ਹੈ ਸਤ ਸੰਗਤ ਜੀ ਵੀ ਤੁਸੀਂ ਇਸ ਕੰਪੋਜੀਸ਼ਨ ਨੂੰ ਜਾਂ ਹੋਰ ਵੀ ਕਿਸੇ ਰੀਤ ਨੂੰ ਬਿਲਕੁਲ ਹੂ ਬਹੂ ਉਸੇ ਤਰ੍ਹਾਂ ਗਾਉਣਾ। ਤੁਸੀਂ ਜਿਸ ਤਰ੍ਹਾਂ ਚੰਗਾ ਤੁਹਾਨੂੰ ਲੱਗਦਾ ਜਾਂ ਜਿਸ ਤਰ੍ਹਾਂ ਤੁਹਾਨੂੰ ਸੁਖਾਲਾ ਲੱਗਦਾ ਹੈ, ਤੁਸੀਂ ਉਸ ਤਰ੍ਹਾਂ ਉਸ ਰੀਤ ਨੂੰ, ਉਸ ਤਰ੍ਹਾਂ ਉਸ ਲਫਜ਼ਾਂ ਦੀ ਵੰਡ ਨੂੰ ਆਪਣੇ ਹਿਸਾਬ ਨਾਲ ਵੀ ਢਾਲ ਸਕਦੇ ਹੋ ਰੀਤ ਨੂੰ। ਆਓ ਇੱਕ ਵਾਰੀ ਫਿਰ ਦੇਖਦੇ ਹਾਂ ਜੀ। ਮਲ ਜਨਮ ਜਨਮ ਦੀ ਕੱਟੀ ਐ, ਮਲ ਜਨਮ ਜਨਮ ਦੀ ਕੱਟੀ ਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਇਸ ਤਰ੍ਹਾਂ ਇਸ ਸ਼ਬਦ ਦੀ ਸਥਾਈ ਹੈ ਜੀ। ਅੰਤਰਾ ਇਹਦਾ ਇਸ ਤਰ੍ਹਾਂ ਹੋਵੇਗਾ। ਹੋਵੇ ਸਿਫਤ ਖਸਮ ਦੀ ਨੂਰ, ਅਰਸੋਂ ਕੁਰਸੋਂ ਚੱਟੀ ਐ। ਫਿਰ ਦੇਖਦੇ ਹਾਂ। ਹੋਵੇ ਸਿਫਤ ਖਸਮ ਦੀ ਨੂਰ, ਅਰਸੋਂ ਕੁਰਸੋਂ ਚੱਟੀ ਐ। ਨੂਰ ਅਰਸੋਂ ਕੁਰਸੋਂ ਚੱਟੀ ਐ, ਮਲ ਮਲ ਜਨਮ ਜਨਮ ਦੀ ਕੱਟੀ ਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਅੰਤਰ ਇੱਕ ਵਾਰੀ ਫਿਰ ਦੇਖਦੇ ਹਾਂ ਜੀ। ਹੋਵੇ ਸਿਫਤ ਖਸਮ ਦੀ, ਹੋਵੇ ਸਿਫਤ ਖਸਮ ਦੀ ਨੂਰ, ਅਰਸੋਂ ਕੁਰਸੋਂ ਚੱਟੀ ਐ।
मल जन्म जन्म दी कट्टी है, मल जन्म जन्म दी कट्टी है, मल जन्म जन्म दी कट्टी है, तुध डिठे सच्चे पातशाह, मल जन्म जन्म दी कट्टी है। इस शब्द नू हौली हौली कढ़न तो बाद फिर तुसी साधारण तौर ते सहज अवस्था दे विच इस शब्द नू इस तरह गा सकते हो जी। तुद डिठे सच्चे पातशाह, मल जन्म जन्म दी कट्टी है, तुद डिठे सच्चे पातशाह, मल जन्म जन्म दी कट्टी है, 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 तुद डिठे सच्चे पातशाह, मल जन्म जन्म दी कट्टी है। हो वसफुत खसम दी नूर अरसों कुरसों चट्टी है, हो वसफुत खसम दी नूर अरसों कुरसों चट्टी है, मल जन्म जन्म दी कट्टी है, मल जन्म जन्म दी कट्टी है, मल जन्म जन्म दी कट्टी है, तुध डिठे सच्चे पातशाह, मल जन्म जन्म दी कट्टी है। सो ये शब्द तुसी इस तरह हारमोनीयम ते कढ़ सकते हो जी। अगली वीडियो दे विच असी फिर एक नवी रीत दे नाल नवे शब्द दे नाल मिलांगे जी। उदों तक लई फतेह बुलाओ। वाहिगुरू जी का खालसा, वाहिगुरू जी की फतेह।